ਲਾ ਜੀ ਫਿੰਗਰ ਦੇ ਪਕੌੜੇ ਤੁਹਾਡੇ ਓਏ ਚਟਨੀ ਵਿੱਚ ਪਾਤੀ ਤੂੰ ਹੋਰ ਤੇਰੇ ਕੀਸੇ ਚ ਪਾ ਦਵਾਂ ਹੈ ਚਟਨੀ ਤੇਰੇ ਸਿਰ ਤੇ ਤਲੌਂ ਕਰਵਾ ਹਾਏ ਭਾਜੀ ਬੜੇ ਦਿਨਾਂ ਬਾਅਦ ਦੇਖਿਆ ਤੁਹਾਨੂੰ ਕਿੱਥੇ ਚਲੇ ਗਏ ਸੀ ਵੀ ਤੇਰੇ ਹੁਣ ਤੇ ਜੈਜ਼ ਕੈਸ਼ ਕਰਾਂ ਤੁਸੀਂ ਭਾਜੀ ਬੁਰਕੀ ਲਾਓ ਨਾ ਤੁਸੀਂ ਮੇਰੇ ਨੂੰ ਦੇਖੀ ਜਾਣਦੇ ਮੇਰੀ ਸ਼ਕਲ ਕਿਤੇ ਵਾਲਤ ਨਾ ਮਿਲਦੀ ਹੈ ਠੰਡੀ ਆ ਮੈਂ ਉਹਨੂੰ ਥਰਮੋਮੀਟਰ ਲਾ ਕੇ ਚੈੱਕ ਕਰ ਲਾ ਜਿਹੜਾ ਬੁਖਾਰ ਨਹੀਂ ਨਾਲ ਚੈੱਕ ਕਰੀਦਾ ਠੰਡੀ ਆ ਤੁਸੀਂ ਦੱਸੋ ਖਾਣਾ ਕੀ ਹੈ ਲੈਣਾ ਕੀ ਹੈ ਮੇਰੇ ਭਰਾ ਦੱਸੋ ਪਕੌੜੇ ਆ ਹਾਂ ਕਿੰਨੇ ਕਰ ਦਵਾਂ ਸਿਲੰਡਰ ਵੀ ਨਹੀਂ ਨਾ ਆਉਣ ਡਿਆ ਬੰਦਾ ਕਿਤੇ ਸਿਲੰਡਰ ਹੀ ਭਰਾ ਰਿਹਾ ਹੋਵੇ ਇਹ ਗੈਸ ਮੈਂ ਪਿੱਛੋਂ ਬੰਦ ਕੀਤੀ ਹੈ ਵੀ ਮੈਂ ਕਿਹੜਾ ਸੂਈ ਸਾਧਨਾਂ ਦੇ ਵਿੱਚ ਲੱਗਾ ਯਾਰ ਮੇਰੀ ਪਕੌੜੇ ਸਮੋਸੇ ਦੀ ਦੁਕਾਨ ਵਾ ਤੂੰ ਹੁਣ ਦੱਸ ਵੀ ਲੈਣਾ ਦੇਣਾ ਕੀ ਹੈ ਭਰਾਵਾ ਇਹਨੇ ਨਹੀਂ ਲੈਣੇ ਮੈਂ ਜ਼ਿਆਦਾ ਕਰਨ ਡੇ ਇਹਨੇ ਤੁਹਾਡੇ ਕੋਲ ਖਾਦੇ ਵੀ ਨਹੀਂ ਜਾਣੇ ਤੂੰ ਤਾਂ ਤੇਰੇ ਘਰੇ ਇੱਕ ਸਮੋਸੇ ਇੱਕ ਪਕੌੜਾ ਖਾ ਕੇ ਉਲਟੀਆਂ ਸ਼ੁਰੂ ਕਰ ਦਵੇਂ ਮੈਨੂੰ ਇਹ ਕੋਈ ਗੱਲ ਦੱਸ ਤੈਨੂੰ ਨਾ ਟਿੱਕੀ ਖਵਾਵਾਂ ਪਕੌੜੇ ਖਵਾਵਾਂ ਕਿ ਪਹਿਲੇ ਤੇਰਾ ਗੈਸ ਦਾ ਕਨੈਕਸ਼ਨ ਸਹੀ ਕਰਾ ਦਵਾਂ ਸਿਲੰਡਰ ਭਰਾ ਦਵਾਂ ਭਰਾ ਨੂੰ ਐਲਪੀਜੀ ਗੈਸ ਵੀ ਬਹੁਤ ਮਹਿੰਗੀ ਹੋ ਗਈ ਨਾ ਦੂਸਰਾ ਮਸਲਾ ਇਹ ਚੜਿਆ ਓਏ ਹੁਣ ਤੈਨੂੰ ਸ਼ਾਪਰ ਚੰਨੀ ਕੇ ਗੈਸ ਪਾ ਦਵਾਂ ਮੈਨੂੰ ਦੱਸ ਵੀ ਤੂੰ ਮੇਰੇ ਕੋਲ ਲੈਣਾ ਕੀ ਆ ਪਕੌੜੇ ਕਰਨੇ ਕਿ ਨਾਨ ਟਿੱਕੀ ਕਰਨੀ ਆ ਕਿੰਨੇ ਪਕੌੜੇ ਕਰਦੇ ਨੂੰ ਪਹਿਲੇ ਆ ਗੈਸ ਲੈ ਆਈਏ ਜਾ ਕੇ ਤੂੰ ਤਾਂ ਫਿਰ ਫਿਰ ਮੈਨੂੰ ਗੈਸ ਦਾ ਲਾਮਾ ਦੇਣ ਆ ਗਿਆ ਕਿੱਡਾ ਮੈਂ ਦਫ਼ਤਰ ਪਾ ਕੇ ਬੈਠਾ ਵੀ ਮੈਨੂੰ ਪਕੌੜੇ ਸਮੋਸੇ ਦੱਸ ਤੂੰ ਹੈ ਚਾਬੀਆਂ ਤੇਰੇ ਹਵਾਲੇ ਕਰਦਾ ਵੀਹਾਂ ਚ ਕੀ ਚਾਹੁੰਦਾ ਬਈ ਥਾਲ ਭਰ ਦਵਾਂ ਤੈਨੂੰ ਵੀਹ ਰੁਪਏ ਕਿੰਨੇ ਕੌਣੇ ਸ਼ੁਕਰ ਕਰ ਸਵੇਰੇ ਸਵੇਰੇ ਮੈਂ ਤੂੰ ਦੇਣ ਡਿਆ ਬਿਸਮਿਲਾ ਕਰਨ ਡਿਆ ਮਸਾਲਾ ਪਾਉਣਾ ਵਾ ਉਹ ਮਸਾਲਾ ਕਿਤੇ ਮੈਂ ਬਰਨਲ ਖੋਲ ਕੇ ਪਾਉਣਾ ਫੜ ਅੱਛਾ ਭਾਜੀ ਕਿੰਨੇ ਤਿੰਨ ਨਾਲ ਹੈਗੀ ਹੈਗੀ ਭਾਜੀ ਸਾਰੀਆਂ ਹੈਗੀ ਚਟਣੀਆਂ ਸਫ਼ਰ ਵੀ ਕਰੀਦਾ ਵਾ ਕਿਤੇ ਯਾਰ ਗੈਸ ਤੇ ਆਵੇ ਨਾ ਤੇਰਾ ਤਾਂ ਸਿਲੰਡਰ ਫੜੇ ਨਾ ਫੜ ਤਿੰਨ ਨਾਲ ਉਦੋਂ ਬੰਦਿਆਂ ਨੂੰ ਗੈਸ ਬਹੁਤ ਹੁੰਦੀ ਸੀਗੀ ਉਹੀ ਕੰਮ ਆਉਂਦੀ ਸੀਗੀ ਗੈਸ ਨਾ ਨਾ ਆਉਂਦੀ ਹੋਵੇ ਬਾਹਰੋਂ ਕਿਤੇ ਨਾਸ਼ਤਾ ਕਰ ਲਈਦਾ ਸੌ ਵਜੇ ਆਪਣੇ ਤੇ ਲਾ ਲਈਦਾ ਲੈਂਪਰ ਦਾ ਮੂੰਹ ਲੈ ਕੇ ਨੀ ਫਿਰੀਦਾ ਕੈਸਾ ਸੂਏਰ ਦਾ ਮੂੰਹ ਕਿਤੇ ਪੱਲੇ ਪੇਟ ਚ ਵੀ ਕੋਈ ਪਾਇਆ ਕਰ ਲੱਗਦਾ ਕਿਤੇ ਅੱਠ ਦਿਨ ਦਾ ਫਾਕਾ ਕਰਨ ਦਿਆਂ ਵਾ ਆ ਕੇ ਹੁਣ ਮੇਰੀ ਜਾਨ ਖਾਈ ਜਾਣਾ ਵੀ ਜੇ ਪਕੌੜੇ ਨੂੰ ਤਿੰਨ ਨਾਲ ਲੈ ਲਏ ਆ ਤੇਰੀ ਤਰਤੀਬ ਨੀ ਸਹੀ ਹੈਗੀ ਘਰ ਦੇ ਗੈਸ ਕੀ ਆਵੇ ਬਿੱਲ ਬੁੱਲ ਵੀ ਲਾਉਣਾ ਵਾ
ਭਾਜੀ ਬੜੇ ਦਿਨਾਂ ਬਾਅਦ ਦੇਖਿਆ ਤੁਹਾਨੂੰ, ਕਿੱਥੇ ਚਲੇ ਗਏ ਸੀ? ਮੈਂ ਯੂਕੇ ਚਲੇ ਗਿਆ ਸੀ ਯਾਰ। ਵਾਹ ਵਾਹ, ਛੁੱਟੀ ਆਏ ਹੋ? ਨਹੀਂ ਨਹੀਂ, ਪੱਕਾ ਪੱਕਾ ਆ ਗਿਆ, ਹੁਣ ਤੇ ਮੈਂ ਇੱਥੇ ਨੌਕਰੀ ਕਰਨ ਗਿਆ। ਅੱਛਾ ਅੱਛਾ, ਕਿੱਥੇ? ਹਾਂ, ਯੂਕੇ ਤੋਂ ਪੱਕੇ ਪੱਕੇ ਹੀ ਆ ਗਏ ਹੋ? ਕੰਪਨੀ ਪੜਾਈ ਕੀਤੀ ਹੈ ਸਰ, ਅੱਛੀ ਸੈਲਰੀ ਲੱਗ ਗਈ ਉੱਥੇ। ਮਾਸ਼ਾਅੱਲਾ ਮਾਸ਼ਾਅੱਲਾ, ਚੱਕੀ ਤੋਂ ਪਿਆਲੀ ਦਾ ਭਾਜੀ ਆਪਣਾ, ਤੁਹਾਨੂੰ ਪਤਾ ਛੋਟਾ ਜਿਹਾ ਸੈਟਅਪ ਆ, ਇੱਕ ਨੰਬਰ ਕੰਮ ਕਰੀਦਾ, ਕੋਸ਼ਿਸ਼ ਕਰੀਦੀ ਖਾਲਸ ਹੈ ਲੋਕਾਂ ਨੂੰ ਦੇ ਕੇ ਭਾਜੀ। ਬਜ਼ੁਰਗ ਭਾਜੀ ਘਰ ਹੁੰਦੇ ਤਬੀਅਤ ਨੀ ਸਹੀ, ਹੁਣ ਆਪ ਹੀ ਦੁਕਾਨ ਤੇ ਪਈਦਾ ਵਾ। ਬਜ਼ੁਰਗ ਇਹਨਾਂ ਦੇ ਬਹੁਤ ਅੱਛੇ ਸੀਗਾ, ਇਹਨਾਂ ਦੇ ਬਜ਼ੁਰਗ ਬਹੁਤ ਅੱਛੇ ਸੀ, ਬੜਾ ਖੁੱਲਾ ਇਹਦੀ ਕਿਤੇ ਭਾਜੀ ਗੈਸ ਨਹੀਂ ਸੀ ਘਰ ਆਉਣ ਡਈ, ਵੀਹਾਂ ਦਾ ਪਕੌੜੇ ਲੈ ਕੇ ਨਾਲ ਤਿੰਨ ਨਾਲ ਲੈ ਬੈਠਾ ਵਾ, ਹੁਣ ਮੈਨੂੰ ਤੰਗ ਕਰੀ ਜਾਣ ਡਿਆ। ਬਜ਼ੁਰਗ ਭਾਜੀ ਤੁਹਾਡੇ ਵੀ ਬੜੇ ਅੱਛੇ ਸੀਗੇ, ਅੱਲਾ ਤੁਹਾਡੀ ਜ਼ਿੰਦਗੀ ਕਰੇ। ਤਿੰਨ ਚਾਰ ਸਾਲ ਬਾਅਦ ਮੈਂ ਖਾ ਰਿਹਾ ਵਾਂ ਤੇ ਅੱਜ ਵੀ ਇਦਾਂ ਹੀ ਲੱਗਣ ਡਿਆ ਕਿ ਉਹੀ ਟੇਸਟ ਆ, ਉਹੀ ਸਾਰਾ ਕੁਛ। ਅੱਛਾ, ਕਰਨੇ ਕਿੰਨੇ ਆ? ਸਫਾਈ ਦਾ ਤਾਂ ਥੋੜ੍ਹਾ ਜਿਹਾ ਖਿਆਲ ਰੱਖੋ ਤੁਸੀਂ, ਸਫਾਈ ਨੂੰ ਜ਼ਰਾ ਮੇਨਟੇਨ ਕਰੋ। ਯੂਕੇ ਤੁਸੀਂ ਯਕੀਨ ਨਹੀਂ ਕਰਨਾ ਕਿ ਇੰਨੀ ਸਫਾਈ, ਬਹੁਤ ਸਫਾਈ ਦਾ ਖਿਆਲ ਰੱਖਦੇ ਆ, ਖਾਣ ਪੀਣ ਦੇ ਮਾਮਲੇ 'ਚ ਬਹੁਤ ਖਿਆਲ। ਉਹ ਤਾਂ ਚਲੋ ਕਰ ਲਾਂਗਾ, ਕੋਈ ਨੀ, ਬੱਚਾ ਨੀ ਜਾਇਆ, ਮੈਂ ਕਰ ਲੈਣਾ ਸਫਾਈ। ਪਕੌੜੇ ਕਿੰਨੇ ਕਰਨੇ ਭਾਜੀ? ਬੱਚਾ ਰੱਖ ਲਓ ਨਾ 30,000 ਰੁਪਏ ਦੇ। ਉਹ 20,000 ਚੋਂ ਮੈਨੂੰ ਬਚਣਾ ਮਹੀਨੇ ਦਾ, ਤੇ 10,000 ਰੁਪਏ ਵੱਧ ਦੇ ਕੇ ਮੈਂ ਬੱਚਾ ਰੱਖ ਲਵਾਂ, ਯਾਨੀ ਕਿ ਬਾਅਦ 'ਚ ਇਸ ਤੋਂ ਦੁਕਾਨ ਬੰਦ ਕਰਕੇ ਪੀਜ਼ਾ ਡਿਲੀਵਰੀ ਵੀ ਕਰਾਂ ਉਸ ਬੱਚੇ ਦੀ ਤਨਖਾਹ ਵਾਸਤੇ। ਨਹੀਂ ਨਹੀਂ, ਜਦੋਂ ਤੁਹਾਡਾ ਕੰਮ ਤੁਰ ਪੈਣਾ ਨਾ, ਸਫਾਈ ਦੀ ਵਜ੍ਹਾ ਤੋਂ ਗਾਹਕ ਤੁਹਾਡੇ ਡਬਲ ਹੋਏ ਨੇ। ਕੰਮ ਤਾਂ ਮੇਰਾ ਤੁਰ ਪਿਆ ਵਾ, ਇਨਕਮ ਨਹੀਂ ਹੈ। ਤੁਸੀਂ ਯੂ ਕਦੋਂ ਪੱਕੇ ਪੱਕੇ ਆ ਗਏ? ਮੈਂ ਆ ਕੇ ਇੱਥੇ ਕੰਪਨੀ 'ਚ ਵੀ ਲੱਗ ਗਿਆ। ਤੇ ਕੰਪਨੀ 'ਚ ਮਾਸ਼ਾਅੱਲਾ ਤਨਖਾਹ ਤੁਹਾਨੂੰ ਠੀਕ ਹੋਣੀ ਆ? ਹਾਂਜੀ, ਸਭ ਕੁਛ ਠੀਕ। ਅੱਲਾ ਪਾਕ ਬਹੁਤ ਦੇਵੇ। ਕਿੰਨੇ ਕਰਨੇ ਆ? ਤੇ ਸਬਜ਼ੀਆਂ ਮੰਡੀਆਂ ਲਿਆਉਣੇ ਸਾਰਾ ਕੁਛ, ਆਲੂ ਉਲੂ? ਹਾਂਜੀ ਹਾਂਜੀ, ਮੰਡੀਆਂ ਲਿਆਈਦਾ। ਆਪ ਜਾ ਕੇ? ਉਹ ਹੋਰ ਆਲੂ ਕਿਤੇ ਸੁਨਿਆਰੇ ਕੋਲ ਮਿਲਦੇ ਭਾਜੀ, ਮੰਡੀਆਂ ਲਿਆ ਕੇ ਉਹਨੇ ਆਪ ਜਾ ਕੇ ਲੈ ਕੇ ਆਈਦੇ ਆ, ਇਹਦੇ ਵਾਸਤੇ ਬੰਦਾ ਰੱਖ ਲਵਾਂ। ਇਕੱਠਾ ਸਮਾਨ ਲਿਆਉਣੇ ਤੂੰ ਵਾਲੇ? ਇਕੱਠਾ ਇਕੱਠਾ ਹੀ ਲੈ ਕੇ ਆਈਦਾ ਹਫਤੇ ਦਾ ਪੂਰਾ। ਕਿੰਨੇ ਕਰਨੇ ਆ ਪਕੌੜੇ? ਜਿੱਦਾਂ ਸਿਲੰਡਰ ਲੈ ਕੇ ਗੈਸ ਲਵਾ ਲਿਆ ਵਾ, ਸਿਲੰਡਰ ਹੀ ਆ ਭਾਜੀ। ਪਹਿਲੇ ਬਜ਼ੁਰਗ ਤੁਹਾਡੇ ਲੱਕੜਾਂ ਤੇ ਬੜੀ ਮਿਹਨਤ ਕੀਤੀ ਉਹਨਾਂ ਨੇ। ਹਾਂਜੀ, ਤੁਹਾਨੂੰ ਬਣਿਆ ਬਣਾਇਆ ਅੱਡਾ ਮਿਲ ਗਿਆ, ਤੁਸੀਂ ਬੜੇ ਮੁਕੱਦਰਾਂ। ਹਾਂ ਬਸ ਭਾਜੀ, ਸ਼ੁਕਰ ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਹੁਣ ਕਿੰਨੇ ਪਕੌੜੇ ਕਰਨੇ ਆ? ਟਿੱਕੀ ਵੀ ਹੁੰਦੀ ਆ ਆਪਣੇ ਕੋਲ ਭਾਜੀ, ਐ ਵੇਖੋ ਟਿੱਕੀਆਂ ਵੀ ਕੱਢੀ ਦੀਆਂ ਵਾ। ਐ ਸੇਮ ਉਹੀ ਕਲਰ ਆ, 5 ਸਾਲ ਪਹਿਲੇ ਵੀ ਇਹੀ ਕਲਰ ਸੀ ਤੁਹਾਡਾ। ਕਿੰਨੇ ਕਰ ਦਵਾਂ? ਟਿੱਕੀਆਂ ਵੀ ਕਰਨੀਆਂ? ਠੰਡੀ ਆ, ਹੁਣ ਥਰਮੋਮੀਟਰ ਲਾ ਕੇ ਚੈੱਕ ਕਰ ਲੈ, ਜਿਹੜਾ ਬੁਖਾਰ ਨਹੀਂ ਲਾ ਕੇ ਚੈੱਕ ਕਰੀਦਾ, ਠੰਡੀ ਆ। ਹੁਣ ਕਿੰਨੇ ਕਰਨੇ ਆ? ਟਿੱਕੀਆਂ ਕਿੰਨੀਆਂ ਕਰ ਦਵਾਂ? ਪਕੌੜੇ ਕਿੰਨੇ ਕਰ ਦਵਾਂ? 20 ਦੇ ਕਰ ਦੋ ਭਾਈ। ਕੀ ਕਿਹਾ? 20 ਦੇ ਕਰ ਦੋ ਭਾਈ ਨਾ। 20 ਦੇ ਤੁਸੀਂ ਖਾ ਲਏ ਆ? ਹੱਥ ਕਰੋ, ਮੈਂ ਤੁਹਾਨੂੰ ਚਟਨੀ ਪਾ ਦਿਆਂ ਹੁਣ, ਬਸ ਚਟਨੀ ਰਹਿਣੀ ਤੁਹਾਡੀ। ਅੱਲਾ ਦੇ ਬੰਦੇ, ਤੂੰ ਯੂ ਕਿਉਂ ਹਾਲੇ ਪੱਕਾ ਪੱਕਾ ਮੇਰੇ ਵਾਸਤੇ ਆਇਆ ਹੈ? ਅਦੋਂ ਤਾਂ 5 ਮਿੰਟ ਖੋਤਾ, ਪਲੇਟ ਖਾਲੀ ਕਰਤੀ, ਜੇ ਤੂੰ ਘੰਟਾ ਖੋਗਾ ਦੁਕਾਨ ਖਾਲੀ ਕਰ ਦੇਗਾ। ਲੈਣਾ ਦੇਣਾ ਕੀ? ਮੇਰੇ ਬਜ਼ੁਰਗਾਂ ਦਾ ਤਾਂ ਹੱਥ ਖੁੱਲ੍ਹਾ ਸੀਗਾ ਸੀਗਾ, ਤੇਰਾ ਆਪਣਾ ਹੱਥ ਬਹੁਤ ਖੁੱਲ੍ਹਾ ਵਾ। ਇਹ ਯੂਕੇ ਤੁਹਾਨੂੰ ਕੱਢਿਆ ਹੋਣਾ ਕਿਸੇ ਨੇ ਐਸੇ ਹੱਥ ਤੋਂ ਵੀ, ਐਂ ਹੱਥ ਹੀ ਮਾਰੀ ਜਾਂਦਾ ਵਾ। ਯੂਕੇ ਜੇ ਤਾਂ ਹੱਥ ਮਾਰ ਦਿੰਦੇ। ਉੱਥੇ ਤਾਂ ਪੈਕਿੰਗ ਹੁੰਦੀ ਆ, ਡਿਸਪੋਜ਼ੇਬਲ, ਅੰਦਰ ਸਾਫ਼ ਸੁਥਰਾ ਨਿਜ਼ਾਮ ਆ, ਬੜੇ ਅੱਛੀ ਪੈਕਿੰਗ ਦੇ ਵਿੱਚ ਉਹਨਾਂ ਦਾ ਹਰ ਚੀਜ਼ ਮਿਲ ਜਾਂਦੀ ਆ ਉੱਥੋਂ। ਤੇ ਉੱਥੇ ਜਾ ਕੇ ਤੁਸੀਂ ਲੋਕ ਸਿੱਧੇ ਹੋ ਜਾਂਦੇ, ਇੱਥੇ ਆ ਕੇ ਤੁਸੀਂ ਲੋਕ ਚੌੜਾ ਮਾਰ ਰਹੇ, ਤੇ ਉਹਨੂੰ ਫੈਕਟਰੀ ਵਿੱਚ ਜਿੱਥੇ ਲੱਗਾ ਵਾ, ਤਨਖਾਹ ਬੜੀ ਅੱਛੀ ਆ, ਬੜੀ ਅੱਛੀ ਸੈਟਿੰਗ ਆ, ਉਹ ਕੁਝ ਨਹੀਂ ਦਿੰਦੇ ਮਾਲ ਪੱਤਰ। ਉਹ ਕੀ ਹੋਇਆ, ਛੁੱਟੀ ਹੋ ਗਈ ਤੈਨੂੰ? ਬੈਲ ਮਾਰਨ ਲੱਗ ਗਿਆ ਚੱਡੀ ਦੇ ਰਿਹਾ ਮੜੀ। ਪੁਰਾਣੇ ਗਾਹਕ ਆ, ਮੈਂ ਤੁਹਾਨੂੰ ਦੇ ਦਿੰਦਾ ਵੀਆਂ ਦੇ ਥੋੜੇ ਜੇ, ਕਿੰਨੇ ਆਉਂਦੇ ਆ? ਤੈਨੂੰ ਮੈਂ ਪਰਾਤਾਂ ਭਰ ਭਰ ਦਈਆਂ ਨਾ ਵੀਹਾਂ ਦੀਆਂ, ਉਹ ਕਬਾੜੀ ਕੋਈ ਜਾ ਕੇ ਨਾ ਕੰਡੇ ਤੇ ਰੱਖੀ ਜਾਈ, ਬੋਰਾ ਭਰ ਕੇ ਦੇਣਾ ਤੈਨੂੰ ਮੈਂ ਪਕੌੜਿਆਂ ਦਾ, ਇੰਨੇ ਕੁ ਪਕੌੜੇ ਹੋਣੇ ਵੀਹਾਂ ਦੇ। ਚੱਲ ਦੇ ਨਾਲ ਚਟਨੀ, ਦੇ ਨਾਲ ਇਕਲਾਮ, ਨਾਲ ਟਿਸ਼ੂ ਵੀ ਦਵਾਂ, ਨਾਲ ਕੋਕ ਵੀ ਦਵਾਂ ਵੀਹਾਂ 'ਚ, ਨਾਲ ਹਲਕਾ ਘੁੱਟ ਵੀ ਦਵਾਂ।
ਉਹ ਭਾਈ ਹਲੋ ਉੱਠ ਕੇ ਬਹਿ ਉੱਠ ਕੇ ਬਹਿ ਭਰਾਵਾ ਕੀ ਹੋਇਆ ਨਾਨੀ ਪਿੰਡ ਆਇਆ ਤੂੰ ਹਾਂ ਸਾਫ ਗੱਲ ਨਹੀਂ ਮਾੜੇ ਜੇ ਹੈ ਤੇਰੇ ਧਰਦੇ ਕਰ ਰਵਾਂ ਸਾਫ ਜਰਾ ਵਾਹ ਦੇਰੀ ਹੋ ਗਈ ਆ ਖਰਚ ਵੀ ਹੋਣ ਰਹੀ ਸੀ ਦੇ ਦੇ ਯਾਰ ਪਕੌੜੇ ਉਹ ਦੇ ਦੇਣਾ ਠਹਿਰ ਜਾ ਤੂੰ ਅੱਖ ਤੇ ਲਾ ਲਾ ਪਹਿਲੇ ਚੱਲ ਦੇ ਦੇ ਹੁਣ ਓਏ ਆ ਗਿਆ ਆਗਾ ਸਬਰ ਨਹੀਂ ਹੈ ਆ ਕੇ ਦੇ ਦੇ ਯਾਰ ਇਹ ਫ੍ਰੀ ਦੇ ਆ ਭਾਜੀ ਤੁਹਾਡੀ ਮਿਹਰਬਾਨੀ ਹੁਣ ਨਾਨ ਮਕਾ ਲਿਓ ਤੁਹਾਡੇ ਵੀ ਜਾਣਾ ਭਾਜੀ ਕਿੱਡੇ ਵੱਡੇ ਗਾਹਕ ਟੱਕਰ ਕੇ ਮੈਨੂੰ ਸੁਦਾਗਰ ਹੀ ਆ ਗਿਆ ਇੱਥੇ ਲਓ ਜੀ ਫੀਆਂ ਦੇ ਪਕੌੜੇ ਤੁਹਾਡੇ ਓਏ ਚਟਨੀ ਵਿੱਚ ਪਾਤੀ ਤੂੰ ਹੋਰ ਤੇਰੇ ਖੀਸੇ ਚ ਪਾ ਦਵਾਂ ਹੈ ਚਟਨੀ ਤੇਰੇ ਸਿਰ ਤੇ ਤਲੌਂਕ ਦਵਾਂ ਚਟਨੀ ਵਿੱਚ ਹੀ ਪਾਈਦੀ ਹੈ ਓਏ ਲੈਦਾ ਚਟਨੀ ਅੱਲਾ ਦੇ ਬੰਦਿਆਂ ਲਿਆਉਣੀ ਸੀ ਤੂੰ ਲੈਦਾ ਕੀ ਕਰਨੀ ਤੂੰ ਹੈ ਵਿੱਚ ਮੱਛੀਆਂ ਛੱਡਣੀਆਂ ਵਾ ਚਟਨੀ ਪਕੌੜਿਆਂ ਨਾਲ ਨਹੀਂ ਲਾ ਲਾ ਖਾਣੀ ਯਾਰ ਸਾਰੇ ਸਲਾਬੇ ਗਏ ਪਕੌੜੇ ਚਲੋ ਸਲਾਬ ਦੀ ਦੁਕਾਨ ਦਾ ਬੈਨਰ ਲਾ ਲਾ ਫਿਰ ਹੁਣ ਯੂਕੇ ਚਲੇ ਲੈਦਾ ਲੈਦਾ ਪੈਕਿੰਗ ਕਰਕੇ ਦਿੰਦੇ ਆ ਉਹ ਯੂਕੇ ਚ ਵੀ ਕਹਿੰਦੇ ਪਕੌੜੇ ਵੀ ਨਹੀਂ ਹੁੰਦੇ ਭਰਾਵਾ ਯੂਕੇ ਚ ਨੇ ਫਾਲਟ ਵੀ ਨਹੀਂ ਕਰਦੇ ਪੈਕਿੰਗ ਤੂੰ ਆਪਦੇ ਦੱਸਿਆ ਵਾ ਹੱਥ ਵੀ ਨਹੀਂ ਮਾਰਨ ਦਿੰਦੇ ਯੂਕੇ ਚ ਇਹ ਸਾਰ ਹੁੰਦਾ ਤੁਸੀਂ 20 ਦੇ ਲੈਣੇ 100 ਦੇ ਖਾ ਜਾਓ ਮੈਂ ਤਾਂ ਪੈ ਗਏ 120 ਚ 100 ਹੁਣ ਮੈਂ ਕਿੱਥੋਂ ਲਾਉਣਾ ਨਾਲ ਤੇ ਹਲੇ ਬਜ਼ੁਰਗਾਂ ਦੀ ਦਵਾਈ ਵੀ ਲੈਣੀ ਹੈ ਅੱਛਾ ਠੀਕ ਆ ਚੱਲ ਉਹ ਤੂੰ ਕਿਤੇ ਇਟਾਂ ਗਿੱਲੀਆਂ ਕਰਨ ਦੇ ਚਟਣੀ ਨੂੰ ਲੱਗੀ ਹੈ ਸਵਾਦ ਆ ਕੁਛ ਨਹੀਂ ਸੀ ਖਾਦਾ ਗੈਸ ਨਹੀਂ ਹੋਣ ਲਈ ਉਹਨਾਂ ਦੇ ਬਜ਼ੁਰਗ ਬਹੁਤ ਅੱਛੇ ਬੰਦੇ ਸੀ ਬੜਾ ਖੁੱਲਾ ਦਿਲ ਸੀ ਉਹਨਾਂ ਦਾ ਤੇ ਮੈਨੂੰ 2 ਵਾਰੀ ਡਾਲਾ ਪੈ ਗਿਆ ਮੈਂ ਨਹੀਂ ਅੱਛਾ ਬਜ਼ੁਰਗ ਤੁਹਾਡੀਆਂ ਹਰਕਤਾਂ ਤੋਂ ਘਰ ਪਏ ਆ ਲੰਮੇ ਬਚਿਆ ਕੁਛ ਨਹੀਂ ਹਰ ਬੰਦਾ ਹੱਥ ਮਾਰ ਜਾਂਦਾ ਸੀ ਇੱਧਰ ਵਾਵਾ ਸੜ ਲੈ ਗਿਆ ਤੋ ਬੇ ਰੌਣ ਕੀ ਕਾਦੀ ਜਿਹੜਾ ਬਜ਼ੁਰਗ ਬਦਲਾ ਆ ਕੇ ਲਿਆ ਮੈਂ ਨਹੀਂ ਆ ਖਾਣੇ ਦੂਜੇ ਲਿਆ ਕੇ ਦੇ ਖੁਸ਼ ਯਾਰ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀਆਂ ਹੀ ਤੈਨੂੰ ਜੋ ਲੱਭਦਾ ਖਾ ਲਾ ਮੈਂ ਤੈਨੂੰ ਭੂਰ ਝੂਰ ਵੀ ਦਵਾਂਗਾ ਤੂੰ ਉਹ ਵੀ ਖਾ ਲਾ ਮੈਂ ਤੈਨੂੰ ਇੰਨਾ ਕੱਚਾ ਬੇਸਣ ਦੇਣਾ ਵੀਆਂ ਚ ਉਹ ਵੀ ਖਾ ਲਾ ਤੂੰ ਤੂੰ ਖੁਸ਼ ਨਸੀਬ ਆ ਕਿ ਤੂੰ ਯੂਕੇ ਤੋਂ ਆ ਤੈਨੂੰ ਮੈਂ ਵੀਆਂ ਦੇ ਪਕੌੜੇ ਦੇਣੇ ਆ ਤੈਨੂੰ ਜੇ ਕਹੇ 50000 ਦੇ ਦੇ ਫਿਰ 50000 ਦੇ ਦੇ ਤੂੰ ਏ ਤੂੰ ਚੇਦਾ ਕਰਨ ਆ 50000 ਵਾਲਾ 50000 ਦੇ ਪਕੌੜੇ ਹੁੰਦੇ ਭਲਾ 50000 ਦੇ ਪਕੌੜੇ ਬਣਨੇ ਕਿਉਂ ਨਹੀਂ ਬਣਨੇ ਗੈਸ ਨਹੀਂ ਹੁੰਦਾ ਓਏ ਮੈਂ ਸਿਲੰਡਰ ਭਰਾਇਆ ਤੇਰਾ ਗੈਸ ਮੈਂ ਕਿਤੇ ਪੈਪ ਤੇ ਪੈਰ ਰੱਖਤਾ ਤੂੰ ਸਾਰੀਆਂ ਗੈਸ ਨੇ ਗੱਲਾਂ ਮੈਨੂੰ ਕਰੀ ਜਨਾ ਥੋੜਾ ਇਹ ਨਾਂ ਚੈੱਕ ਕਰਨਾ ਭਾਈ ਹਾਂ ਲੋ ਇਹ ਯੂਕੇ 5 ਸਾਲ ਜੇਲ੍ਹ ਚ ਰਿਹਾ ਮੈਂ ਕੋਈ ਕਮਾਇਆ ਕਮੂਆ ਨਹੀਂ ਕਿਤੇ ਖੀਸੇ ਵੱਡੇ ਗਏ ਉੱਥੇ ਹੈ ਚਟਨੀ ਘੁੱਟ ਭਰ ਦੇਣਾ ਘੁੱਟ ਭਰ ਵੱਡਾ ਘੁੱਟ ਵੱਡਾ ਘੁੱਟ ਵੱਡਾ ਘੁੱਟ ਹੋਰ ਭਰ ਘੁੱਟ ਹੋਰ ਵੱਡਾ ਘੁੱਟ ਭਰੋ ਉਹਦਾ ਬਸ ਮਜ਼ਾ ਆਇਆ ਰਿਜ਼ਕ ਵੀ ਨਹੀਂ ਤਾਇਆ ਆਇਆ ਤੇ ਤੁਹਾਡਾ ਨਾਂ ਵੀ ਨਿਕਲ ਗਿਆ ਬੈਂਕ ਅਕਾਊਂਟ ਹੈਗਾ ਤੁਹਾਡਾ ਨਹੀਂ ਉਹ ਤਾਂ ਪੈਸੇ ਕਿੱਦਾਂ ਲੈਣੇ ਨਾ ਤੂੰ ਜਾਇਦ ਕੈਸ਼ ਬਣਾਇਆ ਵਾ ਨਾ ਤੂੰ ਬੈਂਕ ਅਕਾਊਂਟ ਬਣਾਇਆ ਵਾ ਆ ਪਕੌੜੇ ਦੇ ਪੈਸੇ ਇਹ ਤਾਂ 20 ਰੁਪਏ ਤੂੰ ਮੈਨੂੰ ਇਹਦੇ ਦੇ ਦੇ ਬਸ ਨਕਦੀ ਉਹ ਇਦਾਂ ਨਹੀਂ ਅਸੀਂ ਰੱਖੇ ਦੇ ਹਾਲਾਤ ਨਹੀਂ ਸਹੀ ਹੋਏ ਬੋਲਦੇ ਭਾਈ ਉਹ 20 ਰੁਪਏ ਨਾਲ ਤੈਨੂੰ ਰੰਗਾ ਡਾਕੂ ਪਈ ਨਾ ਕਿਤੇ 20 ਰੁਪਏ ਨਾਲ ਤੇਰੇ ਹਾਲਾਤਾਂ ਨੂੰ ਕੀ ਹੋਣ ਲੱਗਾ ਤੂੰ ਦੁਕਾਨ ਬਣਾਈ ਤੂੰ ਜਾਇਦ ਕੈਸ਼ ਫੋਨ ਖਲਾ ਤੂੰ ਮੈਂ ਸਾਢੇ ਕਰਾਂ 20 ਰੁਪਏ ਯਾਰ ਇੱਥੇ ਮਾੜਾ ਇਲਾਕਾ 10 ਵੀ ਵਾਲਾ ਗਾਹਕ ਆਉਂਦਾ ਵਾ 10 ਵੀ ਵਾਸਤੇ ਮੈਂ ਜਾਇਦ ਕੈਸ਼ ਬਣਾ ਲਵਾਂ ਕਿਤੇ ਹੁਣ ਯੂਬੀ ਵਾਲਾ ਕੌਣ ਖਲਾ ਲਵਾਂ ਮੇਨ ਬ੍ਰਾਂਚ ਚ ਜਾ ਕੇ ਹੈ ਤੁਸੀਂ ਮੈਨੂੰ 20 ਰੁਪਏ ਦਾ ਨਕਦ ਦੇ ਦਿਓ ਯਾਰ ਪਤਾ ਕੀ ਗੱਲ ਆ ਮੇਰੀ ਗੱਲ ਹਾਂ ਪੱਕਾ ਬਿੱਲ ਦੇਣਾ ਮੈਨੂੰ ਪੱਕਾ ਬਿੱਲ ਕਿਦਾਂ ਹੁੰਦਾ ਪੱਕਾ ਬਿੱਲ ਅਸੀਂ ਕੰਪਨੀ ਨਾਲ ਰੋਟੀ ਖਾਈਦੀ ਹੈ ਦੁਪਹਿਰ ਦੀ ਤੇ ਅਸੀਂ ਉਹਨਾਂ ਨੂੰ ਬਿੱਲ ਜਮਾ ਕਰਾ ਕੇ ਤੇ ਫਿਰ ਸਾਨੂੰ ਪੈਸੇ ਮਿਲਨੇ ਆ ਉਹ ਯਾਨੀ ਕਿ 20 ਰੁਪਏ ਤੁਹਾਨੂੰ ਮੈਂ ਲਿਖ ਕੇ ਦੇਣਾ ਵਾ ਵੀ ਇਹਨੇ ਮੇਰੇ ਕੋ ਰੋਟੀ ਖਾਦੀ ਹੈ ਹਾਂ ਪੱਕਾ ਬਿੱਲ ਆਪਣੀ ਦੁਕਾਨ ਦਾ ਪੈਡ ਨਹੀਂ ਬਣਵਾਇਆ ਮੈਂ ਦੁਕਾਨ ਦਾ ਪੈਡ ਕਿਹਦਾ ਜੇ ਤੇ ਬਿੱਲ ਬਣਾਵਾ ਵਾ ਯਾਰ ਮੈਂ ਉਹ ਯਾਰ ਇੱਥੇ 10 20 ਰੁਪਏ ਦਾ ਗਾਹਕ ਹੁੰਦਾ ਅਗਲਾ ਮੈਂ ਸੌਦਾ ਦੇ ਦਿੰਦਾ ਅਗਲਾ ਮੈਨੂੰ ਪੈਸੇ ਦਿੰਦਾ ਪੱਕਾ ਬਿੱਲ ਕਾਹਦਾ ਆ ਗਿਆ ਤੂੰ ਮੇਰੇ ਕੋ ਕਿਤੇ ਕਾਟੇ ਕਰਾਇਆ ਵੀ ਤੁਹਾਨੂੰ ਪੱਕਾ ਬਿੱਲ ਬਣਾ ਕੇ ਦਵਾਂ ਇਹ 20 ਰੁਪਏ ਕਾਹਦਾ ਪੱਕਾ ਬਿੱਲ ਹੁੰਦਾ ਤੇਰੇ ਨਾਲ ਕੰਪਨੀ ਤੇ ਨੂੰ 20 ਰੁਪਏ ਦੀ ਖਾਤਰ ਕੰਪਨੀ ਨੂੰ ਲੁੱਟਣਿਆ ਤੂੰ ਇਹ ਤਾਂ ਵੈਸੇ ਰਾਏ ਮੋਲੇ ਖਾ ਜਾ ਕਿਤੇ ਮੇਰੇ ਕੋਲੋਂ ਹੁਣ 20 ਰੁਪਏ ਦਾ ਤੁਹਾਨੂੰ ਪੱਕਾ ਬਿੱਲ ਬਣਾ ਕੇ ਦਵਾਂ ਸਦਕੇ ਜਾਵਾਂ ਤੇਰੇ ਮੈਂ ਯਾਰ ਬਾਈ ਯਾਰ ਮੇਰੇ 20 ਰੁਪਏ ਮਰ ਜਾਣੇ ਆ ਤੇਰੇ ਤੂੰ ਟੈਨਸ਼ਨ ਨਹੀਂ ਲੈਣੇ ਆ ਯਾਰ ਉਹ ਕਿਤੇ ਬੰਦੂ ਖਾ ਕੇ ਰੋਟੀ ਖਾਣ ਦੇ ਵੀ ਤੈਨੂੰ ਪੱਕਾ ਬਿੱਲ ਬਣਾ ਕੇ ਦਵਾਂ 20 ਰੁਪਏ ਦੀ ਰੋਟੀ ਖਾਧੀ ਆ ਪਕੌੜੇ ਨਿਕਲੇ ਆ ਸੁਬਾ ਮੈਂ ਨਾਸ਼ਤਾ ਕੀਤਾ ਜੀ ਤੁਹਾਨੂੰ ਉਹ ਬਿੱਲ ਬਣਾਇਆ ਮੇਰੀ ਜੇਬ ਦੇ ਵਿੱਚ ਬਿੱਲ ਦਾ ਕੰਪਨੀ ਨੂੰ ਜਮਾ ਕਰਾਉਣਾ ਉਹਨੇ ਪੈਸੇ ਦੇ ਦਿੰਦੇ ਸਾਨੂੰ ਤੂੰ ਕੱਲ ਨੂੰ ਨਾਸ਼ਤਾ ਕਰਨਾ ਵਾ ਨਾ ਉਹਦੇ ਕੋਲ ਜਿੱਥੋਂ ਬਿੱਲ ਬਣਾਏਗਾ ਨਾ 20 ਰੁਪਏ ਵੱਧ ਪਵਾ ਲਈ ਸਹੀ ਨਾ ਮੇਰੀ ਜਾਨ ਵੀ ਛੁੱਟ ਜੂ ਤੇਰੀ ਜਾਨ ਵੀ ਛੁੱਟ ਜੂ
ਕੰਪਨੀ ਨੇ 2 ਨੰਬਰੀ ਨਹੀਂ ਕਰੀ ਦਿੱਤੀ, ਸਾਨੂੰ ਸਹੂਲਤ ਦਿੱਤੀ ਉਹਨਾਂ ਨੇ, ਅਸੀਂ 1 ਨੰਬਰੀ ਕੰਮ ਕਰਨਾ ਵਾ ਕੰਪਨੀ ਨਾਲ। ਤੇ ਹੁਣ ਮੈਂ ਤੇਰੇ ਵੀਆਂ ਦੀ ਖਾਤਰ ਜਾ ਕੇ ਅਮੀਰਪੁਰ ਬਾਜ਼ਾਰ ਪਹਿਲੇ ਪ੍ਰਿੰਟਿੰਗ ਕਰਾਵਾਂ, ਇੰਨੇ ਪੈਡ ਜਮ੍ਹਾਂ ਕਰਾਵਾਂ, ਫਿਰ ਤੂੰ ਮੈਨੂੰ ਬਿੱਲ ਦੇਂਗਾ ਯਾਰ? ਜਾਇਜ਼ ਕੈਸ਼ ਬਣਾ ਲਾ ਜੀ, ਅਕਾਊਂਟ ਖੁਲਾ ਲਾ, ਸਾਨੂੰ ਸਹੂਲਤ ਆ ਕੰਪਨੀ ਨੂੰ, ਸਾਨੂੰ ਦਵਾਈ ਫ੍ਰੀ ਆ ਉਥੋਂ। ਓਏ ਕਿਤੇ ਜਾ ਕੇ ਦੱਸ ਕੰਪਨੀ ਨੂੰ ਕਿ ਵੀਆਂ ਦਾ ਪੱਕਾ ਬਿੱਲ ਮੰਗਣ ਡਿਆ। 10,000 ਤੂੰ ਤਾਂ ਮੈਨੂੰ 20 ਰੁਪਏ ਦਾ ਮੇਰੇ ਕੋ ਪੱਕਾ ਬਿੱਲ ਮੰਗੀ ਜਾਣ ਡਿਆ ਵੀ ਤੂੰ ਵੀਆਂ ਦਾ ਪਕੌੜੇ ਖਾਦੇ ਆ, ਹੱਥ ਦਾ ਵੀ ਪਾ ਦਵਾਂ, ਜਿਹੜਾ 90 ਰੁਪਏ ਹੱਥ ਨਾਲ ਚੁੱਕੇ ਆ ਉਹ ਨੀ ਪਾਉਣੇ ਪੱਕੇ ਬਿੱਲ ਚ। ਲੰਬਾ ਸਾਹ ਲਵੋ, ਬਾਕੀ ਨਿਜ਼ਾਮ ਥੱਲੇ ਹੋਵੇ, ਪੀਣੀ ਤੁਸੀਂ ਦਿਓ ਜੀ ਭਾਈ, 20 ਰੁਪਏ ਦਿਓ, ਚਲੋ ਲੈ ਜੂਗਾ ਭਾਜੀ। ਜ਼ਾਇਆ ਨਹੀਂ ਕਰੇਗਾ ਰਿਜ਼ਕ, ਕਿਉਂਕਿ ਮੈਂ ਦੇਖਿਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਛੇ ਬੰਦੇ ਆ ਮੇਰੇ। ਨਹੀਂ ਭਾਜੀ ਉਹ ਬਣਦੇ ਨਾਨ ਦੇ, 20 ਰੁਪਏ ਤੋਂ ਨਾਨ ਦੇ ਵੀ ਤੇ ਨਾਨ ਤੁਹਾਨੂੰ ਮੈਂ ਆਪ ਹੀ ਫੜਾਉਣਾ ਵਾ, ਇਹਦੇ ਵਾਸਤੇ ਹੁਣ ਕਿਤੇ ਕੁੜੀਆਂ ਰੱਖ ਲਵਾਂ ਵੀ ਨਾਨ ਪਕੜਾਏ, ਐਸੇ ਕਰਕੇ ਜਿਹਦਾ ਨਾਮ ਫੜਾਈ ਦਾ ਵੀ ਨਾਨ ਅਸੀਂ ਆਪ ਹੀ ਫੜਾਉਣਾ ਵਾ। 10,000 ਕੈਸਾ ਬੇਵਕੂਫ ਇਨਸਾਨ ਆ ਵੀ ਨਾਨ ਹੋ ਤੈਨੂੰ 20 ਫੜਾ ਕੇ ਜਾਵੇ ਚੁੱਕਿਆ ਥੋਇਆ ਕਰਕੇ ਸੁੱਕੇ ਲਿਆ ਦਿੰਦਾ ਭਾਈ ਤੈਨੂੰ, ਸੁੱਕੇ ਲਿਆ ਦਿੰਦਾ ਵਾ, ਸੁੱਕੇ ਪਕੌੜੇ ਉਹ ਗਾਹਕ ਭਰਾਵਾ ਹੁਣ ਕੀ ਪਸੰਦ ਪੁੱਛ ਲਵਾਂ, ਤੂੰ ਕਿਤੇ ਟੈਲਾ ਲੈਣਾ ਆ ਵੀ ਪਸੰਦ ਪੁੱਛੀ ਦੀ ਆ, ਹਲਾ ਬਾਹਰ ਦਾ ਜੈਦ ਕੈਸ਼ ਬਣਵਾ ਜੇ ਕੰਮ ਕਰਨਾ ਵਾ, ਜਾਨਾ ਤਰੱਕੀ ਹੋਣ ਲਈ ਆ। ਤੁਸੀਂ ਵੀ ਕਿਤੇ ਹੋਰ ਹੋਟਲ ਤੋਂ ਖਾ ਲਿਓ, 20 ਰੁਪਏ ਖਾ ਕੇ ਜੈਦ ਕੈਸ਼, ਹਾਂ ਸੁੱਕੇ ਪਾ ਕੇ ਲੈ ਆਇਆ ਵਾ। ਹਿੰਦੀ ਪੈਸਾ ਬਣਿਆ ਕਰਾਂ ਹੈ, ਖਾਓ ਯਾਰ। ਹੈਲੋ, ਤੁਹਾਨੂੰ ਕਿਹਾ ਸੁੱਕੇ ਪਕੌੜੇ ਲੈ ਗਿਆ, ਤੁਸੀਂ ਰੋਚ ਪਾ ਲਏ ਆ ਤੇ ਸੁੱਕੇ ਪਾ ਕੇ ਲਿਆਇਆ ਸੀਗਾ, ਮੈਂ ਤਾਂ ਸੁੱਕੇ ਨਹੀਂ ਪਾ ਲਿਆ, ਹੁਣ ਮੈਂ ਕਿਹਾ ਚਟਣੀ ਪਾਈ ਆ ਭਾਜੀ, ਮੈਂ ਕਿਤੇ ਚਟਣੀ ਪਾਈ ਆ, ਸੁੱਕੇ ਪਾ ਕੇ ਲਿਆ। ਜ਼ਿਆਦਾ ਪਲੇਟ ਚ ਲੈ ਕੇ ਆਉਣਾ ਸੀਗੇ, ਲੈਦਾ ਕਦੋਂ ਲੈ ਕੇ ਆਉਣੇ, ਤੇਰੀ ਤੇਰੀ ਪਲੇਟ ਨਹੀਂ, ਤੂੰ ਆਪਣੀ ਪਲੇਟ ਚ ਨਹੀਂ ਖਾ ਸਕਦਾ। ਕਿਸੇ ਨਾਲ ਦੇ ਦੁਕਾਨ ਵਾਲੇ ਦਾ ਜੈਵ ਕੈਸ਼ ਬਣਿਆ ਤੇ 10,000 ਨੂੰ ਪੈਸੇ ਸੈਂਡ ਕਰਾਂ, ਤੇਰੀ ਮਿਹਰਬਾਨੀ, ਮੈਂ 20 ਰੁਪਏ ਦੇਣੇ ਆ, 20 ਰੁਪਏ ਦਾ ਪਕੌੜੇ ਖਾਦੇ ਆ, ਆ ਗਰੀਬੀ ਆ। ਤੂੰ ਮੈਨੂੰ ਨਗਦ ਪੈਸੇ ਦੇ ਭਰਾਵਾ, ਤੂੰ ਕਿਤੇ ਅਵਾਰੀ ਚ ਰੋਟੀ ਖਾਣ ਡਿਆ ਹੈ ਵੀ, ਤੂੰ ਕਿਤੇ ਅਲਫਾ ਤੋਂ ਜੋ ਰੋਟੀ ਖਾ ਲਈਏ ਵੀ, ਤੈਨੂੰ ਨਾਲ ਜਾਇਜ਼ ਕੈਸ਼ ਵੀ ਦਈਏ, ਤੈਨੂੰ ਅਕਾਊਂਟ ਵੀ ਦਈਏ, ਸਾਰਾ ਕੁਝ। ਕਾਰਡ ਦੀ ਸੁਣ ਲੈ ਜੀ, ਕਿਹੜਾ ਕਾਰਡ? ਇਹ ਕੀ ਆ? ਬੈਂਕ ਕਾਰਡ। ਇਹ ਕੀ ਕਰਨਾ ਮੈਂ? ਮਸ਼ੀਨ 'ਚ ਮਾਰ ਪੈਸੇ ਆਪਣੇ ਕੱਢ ਲਾ। ਉਹ ਕਿਤੇ ਸ਼ੈਲ ਵਾਲੇ ਦੀ ਦੁਕਾਨ ਲਾ, ਮਸ਼ੀਨ ਮਾਰ ਹੈ ਵੀ, ਤੂੰ ਮੈਂ 5 ਲੀਟਰ ਪਵਾ ਕੇ ਭਾਜੀ ਲੋ ਕਾਰਡ ਮਾਰ ਲਓ, ਉਹ ਤਾਂ ਉੱਧਰ ਹੁੰਦਾ ਵਾ ਭਰਾਵਾ, ਤੂੰ 30 ਰੁਪਏ ਮੈਨੂੰ ਦੇ ਰਿਹਾ ਨਗਦ, 10 ਰੁਪਏ ਦਾ ਨਾਲ ਤੇਰਾ ਚੱਲ ਬਕਾਇਆ ਗਿਆ, 30 ਰੁਪਏ ਮੈਨੂੰ ਨਗਦ ਤੇ ਮੈਂ ਜਾਵਾਂ, ਕਿੱਦਾਂ ਦੀਆਂ ਗੱਲਾਂ ਕਰਨੇ ਆ, ਕਿਤੇ ਪੈਕੇਜ ਮਾਲ 'ਚ ਬੈਠਾ ਦੋ ਵੀ, ਤੈਨੂੰ ਹੁਣ ਤਾਂ ਜਾਇਜ਼ ਕੈਸ਼ ਕਰਾਂ, ਤੁਸੀਂ ਵੀ ਭਾਜੀ ਬੁਰਕੀ ਲਾਓ ਨਾ, ਤੁਸੀਂ ਮੇਰੇ ਵੱਲ ਦੇਖੀ ਜਾਂਦੇ, ਮੇਰੀ ਸ਼ਕਲ ਕਿਤੇ ਵਾਲਦ ਨਾ ਮਿਲਦੀ ਹੈ। ਜਦੋਂ ਸ਼ੁਰੂ ਸ਼ੁਰੂ 'ਚ ਭਾਜੀ ਆਇਆ ਸੀ ਇਹਨੇ ਤੁਹਾਡੇ ਖਾਧੇ ਸੀ, ਤੁਸੀਂ ਵੀ ਇਹਦੇ ਖਾ ਲਓ, ਆ ਲਓ ਆਹੋ ਇੱਕ ਪਕੌੜਾ ਮੈਂ ਲਿਆ ਸੀ ਮਾੜਾ ਜਿਹਾ, ਬੜੇ ਨੂੰ ਮੂੰਹ ਕਰ ਲਿਆ ਵਾ, ਇੱਥੇ ਇਦਾਂ ਹੀ ਚੱਲਦਾ ਭਰਾਵਾ, ਯੂਕੇ ਨਹੀਂ ਹੈਗਾ, ਇਹਨੂੰ ਕਹਿੰਦਾ ਕੰਧ 'ਚ ਮਾਰ ਲਾ ਕਾਰਡ, ਮੈਂ ਕਾਰਡ ਮੱਥੇ 'ਚ ਮਾਰ ਲਵਾਂ, ਰੁਪਈਏ ਤੂੰ ਮੈਨੂੰ 30 ਦੇ ਰਿਹਾ, ਗੱਲਾਂ ਤੇਰੀਆਂ ਸੁਣ ਲਾ, ਮੈਨੂੰ ਕਾਰਡ ਕੂਨ ਦਿਖਾ ਤੇਰੀ ਮਿਹਰਬਾਨੀ ਭਾਈ, ਮੈਂ ਕਾਰਡ ਨੂੰ ਕੀ ਕਰਨਾ ਵਾ ਯਾਰ, ਕਾਰਡ ਮਾਰ ਤੂੰ ਇਦਾਂ, ਉਹ ਕਾਰਡ ਮੈਂ ਕਿੱਥੇ ਮਾਰ ਦਵਾਂ ਹੈ, ਤੇਰਾ ਮੱਥਾ ਫਾੜ ਦਵਾਂ ਕਾਰਡ ਮਾਰ ਕੇ, ਰੁਪਈਏ ਤੂੰ 40 ਦੇ ਰਿਹਾ 30 ਦੇਣੇ ਆ, ਤਾਂ ਮੈਨੂੰ ਦੇ ਕੇ ਫਰਾ ਜੁੱਤੀ ਪਵਾ ਮੇਰੀ, ਉਹ ਭਾਈ ਜਾਇਜ਼ ਕੈਸ਼ ਮੈਨੂੰ ਆ ਮੋਬਾਈਲ ਮੂਲ ਨਾ ਦਿਖਾ, ਮੇਰੇ ਕੋਲ ਜਾਇਜ਼ ਕੈਸ਼ ਨਹੀਂ ਹੈਗਾ, ਤੂੰ ਮੈਨੂੰ ਨਗਦ ਪੈਸੇ ਦੇਣੇ, ਨਗਦ ਦੇ ਕੇ ਮੇਰੀ ਜਾਨ ਛੱਡ ਯਾਰ, ਚਲੋ ਤਾਂ ਰੌਲਾ ਯਾਰ ਭਰਾ, ਤੂੰ ਤਾਂ ਦੇਣਾ ਪੈਸੇ, ਤੂੰ ਆਪਣੇ ਪੈਸੇ ਦੇ ਚੱਲ ਮੇਰਾ ਭਾਈ, ਉਹ ਭਾਜੀ ਮੈਂ ਕਹਿ ਨਹੀਂ ਤਾਂ ਮੈਂ ਲੈਣ ਲੱਗਾ ਪੈਸੇ ਯਾਰ, ਕਾਰਡ ਦੀ ਕਿਹੜੀ ਸਹੂਲਤ ਦੱਸ ਦੇ ਮੈਨੂੰ ਭਰਾਵਾ, ਇੱਥੇ ਮੈਂ ਕਿਹੜਾ ਕਿਤੇ ਮੈਟਰੋ ਸਟੋਰ ਪਾਇਆ ਵਾ ਵੀ ਕਾਰਡ ਦੀ ਵੀ ਸਹੂਲਤ ਹੋਵੇ, ਇੰਨੀ ਕੁ ਜੇ ਪਕੌੜੇ ਲਾ ਕੇ ਬੈਠਾ ਵਾ ਪਿੰਡ 'ਚ ਬੈਠਾ ਮੈਂ, ਤੂੰ ਮੈਨੂੰ ਰੁਪਈਏ 30-40 ਦੇ ਮੈਂ ਜਾਵਾਂ, ਵੀਆਂ ਦੇ ਪਕੌੜੇ, ਵੀਆਂ ਦਾ ਨਾਨ, ਫਿਰ ਵੀਆਂ ਦੇ ਪਕੌੜੇ ਤੇ ਵੀਆਂ ਦਾ ਹੱਥ ਮਾਰਿਆ, ਮੈਂ ਤੇਰੇ ਕੋਲ ਕਿੰਨੇ ਬਚਦੀ, ਤੇਰੇ ਕੋਲ ਲਈ ਨਹੀਂ ਕੋਈ, ਤੈਨੂੰ ਸਾਰਾ ਕੁਛ ਛੱਡਣ ਡਿਆ, ਉਹਦੇ ਕੋਲ ਮੈਂ ਲੈ ਲੈਣਾ ਪੈਸੇ ਵਿਚਾਰੇ ਕੋਲ, ਪੈਸੇ ਕਹੇ ਸੀ ਭਾਜੀ ਕਿੰਨੇ ਬਣੇ ਯਾਰ, ਇਹਦੇ ਬਣੇ ਆ 3 ਨਾਨ
70 ਰੁਪਏ 70 ਤੇ 20 70 ਤੇ 30 100 ਰੁਪਿਆ 100 ਰੁਪਏ ਤੈਨੂੰ ਸੈਂਡ ਕਰ ਦਿੰਦਾ ਚਲ ਉਹ ਕਿੱਥੇ ਸੈਂਡ ਕਰ ਦਿੰਦਾ ਯਾਰ ਤੂੰ ਮੈਨੂੰ ਉਹੀ ਗੱਲ ਕਰੀ ਜਾਂਦਾ ਦਿਮਾਗ ਖਰਾਬ ਕਰਦਾ ਮੇਰਾ ਕਿੱਥੇ ਤੂੰ ਮੈਨੂੰ ਸੈਂਡ ਕਰ ਦੂੰਗਾ ਹੁਣ ਅਸੀਂ 2 ਹੋ ਗਏ ਆ ਤੇ ਫੇਰ ਮੈਂ ਕਰਾਂ ਹੈ ਕਿਵੇਂ ਲੱਗੀ 2 ਹੋ ਗਏ ਆ ਤੂੰ ਮੈਨੂੰ ਪੈਸੇ ਦੇ 100 ਰੁਪਏ ਮੈਂ ਜਾਵਾਂ ਉਹ ਤਾਂ ਮੇਰਾ ਤਾਰ ਛੱਡਣ ਦੇ ਸਾਰਾ ਗਾਹਕਾਂ ਦੀ ਲੈਣ ਲੱਗੀ ਤੂੰ ਆਪਣਾ ਕੰਮ ਕਰੀ ਜਾਣਾ ਮੈਂ ਤੈਨੂੰ 100 ਸੈਂਡ ਕਰ ਦਵਾਂ 100 ਸੈਂਡ ਕਰ ਦਵਾਂ ਚੱਲ ਹਾਂ ਨੰਬਰ ਉਹ ਕਿਹੜਾ ਨੰਬਰ ਲਿਖਾ ਦਵਾਂ ਤੈਨੂੰ ਭਾਈ ਮੇਰੇ ਕੋਲ ਤਾਂ ਮੋਬਾਈਲ ਵੀ ਨਹੀਂ ਹੈਗਾ ਨੰਬਰ ਤੂੰ ਮੈਂ ਕਿਹੜਾ ਲਿਖਾ ਦਵਾਂ ਗਲੀ ਨੰਬਰ ਲਿਖਾ ਦਵਾਂ ਗਲੀ ਸੁੱਟ ਕੇ ਚੱਲੀ 100 ਰੁਪਇਆ ਉਦੋਂ ਦਾ ਉਹ ਨਾਲ ਰਲ ਗਿਆ ਉਦੋਂ ਤੂੰ ਰਲ ਗਿਆ ਦੋਵੇਂ ਮਲੇਦਾਰ ਨੂੰ ਲੈ ਕੇ ਪੈ ਗਏ ਹੁਣ ਤੈਨੂੰ ਬਜ਼ੁਰਗ ਨਹੀਂ ਯਾਦ ਆਉਂਦੇ ਬਜ਼ੁਰਗਾਂ ਨੂੰ ਜਾਇਜ਼ ਕਿਆ ਕਰਦਾ ਸੀ ਤੂੰ ਉਦੋਂ ਦੇਈਦੇ ਸੀ ਨਗਦ ਲੋਕੇ ਪਤਾ ਕਿਹੜੀ ਤਰੱਕੀ ਤੇ ਚਲੇ ਗਏ ਆ ਯਾਰ ਯੂਕੇ ਇੰਨਾ ਤਰੱਕੀ ਤੇ ਚਲਾ ਗਿਆ ਉਹਨੂੰ ਤੈਨੂੰ ਕੱਢਤਾ ਵਾ ਉਹਨੂੰ ਪਤਾ ਲੱਗ ਗਿਆ ਸੀ ਵੀ ਜਾਇਜ਼ ਕਿਆ ਛੜਾ ਯਾਰ ਉੱਥੇ ਵੀ ਜਾਇਜ਼ ਕਿਆ ਹੀ ਕਰਦਾ ਸੀ ਤੂੰ ਮੈਨੂੰ ਨਗਦ ਦੇ 100 ਰੁਪਏ ਮੈਂ ਜਾਵਾਂ ਖਾਣ ਮੇਰੀ ਤੂੰ ਨਗਦ ਨਹੀਂ ਖਾਦਾ ਮੈਂ ਤੈਨੂੰ ਨਾਂ ਟਿੱਕੀ ਸੈਂਡ ਕੀਤੀ ਆ ਹੈ ਕਿ ਤੈਨੂੰ ਬਣਾ ਕੇ ਦਿੱਤੀ ਨਾਂ ਟਿੱਕੀ ਖਾਧੀ ਨੀ ਤੂੰ ਨੀਲੀ ਨੀ ਢਿੱਡ ਚ ਨੀ ਗਈ ਮੈਨੂੰ ਤੂੰ 100 ਸੈਂਡ ਕਰਨੇ ਆ ਮੈਂ ਨਗਦੋਂ ਨਗਦੀ ਦਾ ਕੰਮ ਆ ਮੇਰਾ ਡਿਜੀਟਲ ਦੌਰ ਆ ਗਿਆ ਵਾ ਇਦਾਂ ਹੀ ਪੈਸੇ ਆਉਣੇ ਆ ਉਹ ਡਿਜੀਟਲ ਦੌਰ ਨਹੀਂ ਆਇਆ ਮੈਂ ਮੰਡੀ ਜਾਣਾ ਵਾ ਮੰਡੀ ਵੀ ਸੈਂਡ ਕਰੀ ਆ 20 ਰੁਪਏ ਵੀ ਸੈਂਡ ਕਰਾ ਹੈ ਕਿਤੇ ਭਾਲ ਲੈ ਕੇ ਫਿਰੀ ਦੀ ਹੁੰਦੀ ਆ ਤੂੰ ਗਵਾਚਾ ਨਹੀਂ ਹੈ ਨਾ ਤੇਰੇ ਕੋਲ ਪੱਕਾ ਬਿੱਲ ਆ ਨਾ ਤੇਰੇ ਕੋਲ ਜੈਬ ਕੈਸ਼ ਨਾ ਤੇਰੇ ਕੋਲ ਕਾਰਡ ਦੀ ਸਹੂਲਤ ਆ ਕਰਨ ਪਤਾ ਨਹੀਂ ਕੀ ਰਿਹਾ ਤੂੰ ਉਹ ਪੱਕਾ ਬਿੱਲ ਨੂੰ ਕਿਤੇ ਤੂੰ ਮਰਾਦ ਫੈਬਰਿਕ ਤੇ ਆ ਗਿਆ ਵੀ ਤੈਨੂੰ ਪੱਕਾ ਬਿੱਲ ਦੇ ਰਮਾ ਨਾ ਕਾਰਡ ਦੀ ਸਹੂਲਤ ਆ ਵੀ ਤੂੰ ਰੁਪਇਆ 100 ਤੇਰਾ ਬਣਦਾ ਵਾ ਤੈਨੂੰ ਮੈਂ ਕਾਰਡ ਤੇਰੇ ਕੋਲ ਲੰਘਾਈ ਜਾਵਾਂ ਲੈ ਮੈਨੂੰ ਮੋਬਾਈਲ ਮੂਲੋਂ ਦਿਖਾ ਪਾਸਵਰਡ ਕੱਢ ਕੱਢ ਕੇ ਆਇਆ ਬੈਟਰੀ ਦਾ ਫੋਨ ਆਉਂਦੇ ਆ ਵੱਡੀ ਦੀ ਦਾ ਬੈਟਰੀ ਹੋ ਗਿਆ ਮੈਂ ਨਿਕਲਣਾ ਵਾ ਤੂੰ ਕਿਤੇ ਨਿਕਲਣਾ ਮੈਂ ਤੈਨੂੰ ਇੱਥੋਂ ਬੰਨ ਲੈਣਾ ਭਰਾਵਾ ਤੇਰੀ ਮਿਹਰਬਾਨੀ 100 ਰੁਪਏ ਦੇ ਫੇਰ ਜਾਈ ਤੂੰ ਉਹਨੂੰ ਵੀ ਨਾਲ ਲਾ ਲਿਆ ਯਾਰ ਮੈਨੂੰ ਮੈਂ 30 ਦੇਣੇ ਆ ਮੈਨੂੰ ਢਿੱਲਾ ਜਾ ਬੰਨੀ ਇਹਨੇ 70 ਦੇਣੇ ਇਹਨੂੰ ਦੱਸ ਕੇ ਬੰਨ ਚੱਲ ਓਏ ਹੋਏ ਹੋ ਬੰਨਣ ਨੂੰ ਵੀ ਬਿੱਲ ਬਣਾ ਲਵਾ ਤੈਨੂੰ ਤੈਨੂੰ ਤੇਰੀ ਬੰਨਣ ਦੀ ਵੀਡੀਓ ਬਣਾ ਕੇ ਸੈਂਡ ਕਰ ਦੂੰਗਾ ਕੰਪਨੀ ਨੂੰ ਪਤਾ ਲੱਗ ਜੂ ਵੀ ਇੱਥੇ ਆ ਵੀ ਸਾਰਾ ਕੁਝ ਕੰਪਨੀ ਨੂੰ ਪਾਈ ਜਾਣਾ ਕਿੱਡਾ ਤੂੰ ਯਾਰ ਮੈਨੂੰ ਸਮਝ ਤੇਰੀ ਚਾਹਲਾ ਤੂੰ ਆਪਣੇ ਪੈਸੇ ਦੇ ਭਾਈ ਮੈਨੂੰ ਨਾ ਕੁਝ ਕਹੋ ਜੋ ਕਰਨਾ ਭਾਈ ਉਹਨਾਂ ਨੇ ਕਰਨਾ ਭਾਈ ਦੱਸੋ ਅਸੀਂ ਹੁਣ 2 ਹੋ ਗਏ ਉਹ 2 ਹੋ ਗਏ ਹੁਣ ਤੁਸੀਂ ਕਿਤੇ ਕਬਜ਼ਾ ਲੈਣਾ ਹੈ 2 ਹੋ ਗਏ ਖਾਣ ਮੇਰੀ ਤੁਸੀਂ 2 ਸੀ ਆਉਂਦੇ ਅੰਮੇ ਨਾਲ ਲੜਨ ਵਾਲੀ ਤੁਸੀਂ 2 ਹੋ ਗਏ ਕਿਤੇ ਥੱਲੇ ਕਿਤੇ ਉਤਰਨੇ ਆ ਪੈਸੇ ਦੇ ਕੇ ਜਾ ਪੈਸੇ ਮੈਂ ਤਾਂ ਕਹਿੰਦਾ ਵਾ ਲੈ ਉਹ ਤੂੰ ਮੈਨੂੰ ਨਗਦ ਦੇ ਨਾ ਲੈਣੇ ਨਾਲ ਜੋ ਹੁੰਦਾ ਫੇ ਕਰ ਲਾ ਮੈਂ ਤੇਰੀ ਕੰਪਨੀ ਸ਼ਿਕਾਇਤ ਕਰ ਦੇਣੀ ਆ ਫਿਰ ਮੈਂ ਤੂੰ ਦੇਖਾਂਗਾ ਤੇਰੀ ਨੌਕਰੀ ਜਾਂਦੀ ਰਹਿਣੀ ਆ ਤੂੰ ਮੈਨੂੰ ਪੈਸੇ ਦੇਣੇ ਤੇ ਮੈਂ ਜਾਣਾ ਵਾ ਯਾਰ ਉਦਾਂ ਦਾ ਤੂੰ ਬਿਸ਼ਰਮ ਉਦਾਂ ਦੀ ਕੰਪਨੀ ਬਿਸ਼ਰਮ ਨਾ ਉਹਨੂੰ ਆਫਰ ਦੇਣ ਲੱਗਾ ਸ਼ਰਮ ਆ ਇਹਨਾਂ ਤੈਨੂੰ ਲੈ ਲੱਗਾ ਸ਼ਰਮ ਆਈ ਪਤਾ ਨਹੀਂ ਕਿਹੜੀ ਚਵਲ ਕੰਪਨੀ ਲਗਾ ਤੈਨੂੰ 20 ਰੁਪਏ ਦੀ ਆਫਰ ਦੇਣ ਰਹੀ ਆ ਹੈ ਕੋਈ ਬੰਦਾ ਆਫਰ ਤੇ ਵੱਡੀ ਦਿੰਦਾ ਕਿਤੇ ਪੈਕ ਹੀ ਦਿੰਦਾ ਕਿਤੇ ਬੰਦਾ ਸੁਹੇ ਦਾ ਸਮਾਨ ਦਿੰਦਾ ਭਾਜੀ ਇੱਕ ਮਿੰਟ ਪੈਸਾ ਭਾਵੇਂ ਕੋਈ ਨਾ ਦੇਣਾ ਨਿਕਲ ਜਾਓ ਇੱਦਾਂ ਹੀ ਨਿਕਲ ਜਾਓ ਭਾਵੇਂ ਥੋੜਾ ਰਹਿਤਾ ਰਹਿੰਦਾ ਸੀ ਉਹ ਪੀ ਲੈਂਦੇ ਰਿਜਕ ਸਾਇਆ ਨਹੀਂ ਕਰੀਦਾ ਤੂੰ ਰੱਜ ਵੀ ਗਿਆ ਉਹ ਤੂੰ ਭੱਜ ਵੀ ਚੱਲਾ ਸੀ ਇੱਧਰ ਆ ਇੱਧਰ ਆ ਥੋੜਾ ਰਹਿਤਾ ਵਾ ਇਹ ਪੀ ਲਓ ਬਸ ਹੋਰ ਕੋਈ ਰਿਜਕ ਸਾਇਆ ਨਹੀਂ ਕਰੀਦਾ ਉਹ ਨਹੀਂ ਉਹ ਕੀ ਕੌੜਾ ਨਹੀਂ ਹੈਗਾ ਉਹ ਰੱਜ ਗਿਆ ਵਾ ਹੁਣ ਭਾਜੀ ਰਿਜਕ ਸਾਇਆ ਨਹੀਂ ਕਰੀਦਾ ਭਾਵੇਂ ਰੱਜ ਗਿਆ ਕੋਈ ਮਸਲਾ ਨਹੀਂ ਮੇਰਾ ਖੁੱਲਾ ਕਰਾ ਲਾ ਮਾੜਾ ਜਿਹਾ ਆ ਭਾਜੀ ਗੱਲ ਤਾਂ ਸੁਣੋ ਨਾ ਭਾਜੀ ਇੱਕ ਉਹ ਹੋ ਕੀ ਹੋਇਆ ਭਾਜੀ ਲੈ ਲੈ ਕਿਤੇ ਸਮੈਲ ਆਉਣ ਰਹੀ ਉਹਦਾ ਬੜਾ ਕਿਤੇ ਵੱਡੇ ਵੱਡੇ ਘੁੱਟ ਭਰਨੇ ਆ ਸੀ ਇਹ ਚੱਲ ਜਾਓ ਜਾਓ ਤੁਹਾਡੀ ਜ਼ਿੰਦਗੀ ਹੋਵੇ ਖੈਰ ਹੋਵੇ ਤੁਹਾਡੀ ਮੈਂ ਤੇਰੀ ਕੰਪਨੀ ਤੇ ਪਥਰਾਓ ਕਰਕੇ ਜਾਣਾ ਵਾ ਉਹਨੂੰ ਪਤਾ ਲੱਗੇ ਕਿ ਵਰਕਰ ਨੂੰ ਕਿਹੜੀ ਸਹੂਲਤ ਦੇਈਦੀ ਹੁੰਦੀ ਆ ਕੋਈ ਪਿਕ ਐਂਡ ਡਰੌਪ ਦੀ ਸਹੂਲਤ ਦੇਣ ਤੈਨੂੰ ਯਾਰ ਕੋਈ ਤੁਹਾਨੂੰ ਫੈਸਿਲਿਟੀਆਂ ਦੇਣ ਕਿ ਯਾਰ ਕੋਈ ਤੂੰ ਕਾਰ ਲੈ ਕੇ ਦੇਣ ਕੋਈ ਮੋਬਾਈਲ ਲੈ ਕੇ ਦੇਣ ਆ ਤੈਨੂੰ 20 ਰੁਪਏ ਪਕੌੜੇ ਦੀ ਸਹੂਲਤ ਦਿੱਤੀ ਕੰਪਨੀ ਨੂੰ ਯਾਰ ਮੈਂ ਤੇ ਕਿਹਾ ਸੀ ਯਾਰ ਕੋਈ ਯੂਕੇ ਦਾ ਮੇਰਾ ਯਾਰ ਦੋਸਤ ਆਇਆ ਕੋਈ ਭੈਣ ਭਰਾ ਕੋਈ ਤੁਹਾਨੂੰ 4 ਪੈਸੇ ਦੇਗਾ ਤੂੰ ਤਾਂ ਬੜੀ ਵੱਡੀ ਭੁੱਖ ਨਿਕਲੀ ਉੱਥੇ ਵੀ ਤੇਰਾ ਹੀ ਹਾਲ ਹੁੰਦਾ ਚੱਲ ਉੱਠ ਚੱਲ ਚੱਲ ਉੱਠ 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 ਚੱਲ 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 ਨਿਕਲ ਚੱਲ 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 ਦਵਾਂਗੇ ਤੂੰ ਨਾ ਦੇ ਤੂੰ ਕੰਪਨੀ ਦੇ